उस गुरु साहब का उस अल्लाह का जिन्होंने सानू मौका दिता इतने पाकिस्तान आने का जो साढ़े मन के डर ही गा भी पाकिस्तान के जाऊंगे तू एजू ओ हजू तो यहोजा कुछ नहीं गा। मैं होर भी सारे कहना आओ आण के इतने दर्शन करो। अं इस वेले बाबा फरीद के जगह पर खड़े हाँ। सो कि जी बाबा फरीद की बाणी आडे गुरु ग्रंथ साहब के भी दर्ज आ। तो जे अगर किसी ने सुनने हो बाबा फरीद के श्लोक सवेरे सवेरे पढ़े ही जाते हैं जो अखंड पाठ साहब का भोग पै जाता। तो होर मैं सारे जिन्हें भी पाकिस्तान के वीर भरा सारे सारियां नूं दिलों धन्नवाद जिन्ना सानूं इत्थे आण के माण मिलिया। हो सकदा सानूं इन्ना साडे पंजाब दे विच वी नहीं माण मिलदा साडी पग नूं साडे कदार नूं देख के हर एक बंदा सानूं इत्थे। तो मैं सारियां दा बहुत बहुत धन्नवाद सारियां नूं ਇਹ ਕਹੂੰਗਾ ਵੀ ਇੱਕ ਵਾਰੀ ਪਾਕਿਸਤਾਨ ਜ਼ਰੂਰ ਆਓ। ਹਾਂਜੀ ਅਸੀਂ ਸਾਰੇ ਨਿਊਜ਼ੀਲੈਂਡ ਤੋਂ ਆਏ ਹਾਂ ਇੱਥੇ ਬਾਬਾ ਫਰੀਦ ਦੀ ਜਗ੍ਹਾ ਤੇ ਆ ਕੇ ਬਾਬਾ ਫਰੀਦ ਦੀ ਸਮਾਧ ਤੇ ਆ ਕੇ ਸਾਨੂੰ ਬਹੁਤ ਚੰਗਾ ਲੱਗਿਆ। ਕਹਿਣਾ ਚਾਹੂੰਗੀ ਕਿ ਪਾਕਿਸਤਾਨ ਆ ਕੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਅਸੀਂ ਜਿੰਨਾ ਸੋਚਿਆ ਸੀ ਸਾਨੂੰ ਉਹਦੇ ਨਾਲ ਜ਼ਿਆਦਾ ਹੀ ਮਾਣ ਮਿਲਿਆ। ਗੁਰੂ ਨਾਨਕ ਦੇਵ ਜੀ ਦੇ ਖੁੱਲ੍ਹੇ ਦਰਸ਼ਨ ਬਾਬਾ ਫਰੀਦ ਦੀ ਸ਼ੁਰੂ ਤੋਂ ਗੁਰਦੁਆਰੇ ਬਾਬਾ ਫਰੀਦ ਮੱਥਾ ਟੇਕਦੇ ਹੁੰਦੇ ਸੀ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਸਾਰੇ ਜਣੇ ਬਹੁਤ ਪਿਆਰ ਕਰਨ ਵਾਲੇ ਆ ਔਰ ਪਰਮਾਤਮਾ ਅੱਗੇ ਇਹੀ ਅਰਦਾਸ ਆ ਇਹੀ ਦੁਆ ਆ ਕਿ ਸਾਰਿਆਂ ਨੂੰ ਇੱਧਰੋਂ ਉੱਧਰ ਉੱਧਰੋਂ ਇੱਧਰ ਆਉਣ ਲਈ ਕੋਈ ਵੀਜ਼ਾ ਕੋਈ ਪਾਸਪੋਰਟ ਦੀ ਲੋੜ ਨਾ ਪਵੇ। ਸਾਰੇ ਜਣੇ ਦੋਨੋਂ ਕੰਟਰੀਜ਼ ਦੇ ਵਿੱਚ ਖੁੱਲ੍ਹੇਆਮ ਜਾ ਕੇ ਦਰਸ਼ਨ ਕਰ ਸਕਣ ਆਪੋ ਆਪਣੇ ਜਿੱਥੇ ਜਿੱਥੇ ਉਹਨਾਂ ਦੇ ਧਾਰਮਿਕ ਸਥਾਨ ਹੈਗੇ ਆ ਔਰ ਹਰੇਕ ਐਵਰੀ ਸਿੰਗਲ ਪਰਸਨ ਜਿਹਨੂੰ ਅਸੀਂ ਮਿਲੇ ਹਾਂ ਹਰੇਕ ਦਾ ਤਹਿ ਦਿਲੋਂ ਧੰਨਵਾਦ। ਸਾਰੀ ਆਵਾਮ ਦਾ ਤਹਿ ਦਿਲੋਂ ਧੰਨਵਾਦ।